एसडी नंबर वन न्यूज़ टीवी देखने वाले सारे दर्शकों को प्यार भरी सत श्री अकाल। लाडी ग्रुप गुरदासपुर सेवा सोसायटी वालों श्री गुरु नानक देव जी के 551वें प्रकाश पुरब मौके उत्ते खोलिया गया मोदीखाना और सिलाई सेंटर। गुरप्रीत पी एस जी नंबर वन न्यूज़ टीवी देखो लाइव तस्वीर। पीएसटी नंबर वन न्यूज चैनल से सारिया ही देश विदेश बैठिया संगतां दा जीआं नूं सतगुरु नानक प्रगटिया मिट्टी धुंद जग चानण होवा। यह सीगा साडे पुरखियां दा उपदेश। असी इस उपदेश नूं कीर्तन राही कुछ साडे प्रचारक समझा नहीं सके। ज़्यादा संगत यही सोचती भी जो सतगुरु नानक पट गया सीगा ते जिहड़ी इह धुंद सीगा मिट गई है ना, चानण हो गया। पर नहीं, उन्हां दा उपदेश सीगा लोड़वंदा नूं गल ना लाउणा, गुरु की गोलक गरीब का मूँह, सभ्याचारक का जिहड़ा वा आपां भाईचारक सांझ नूं वधाउणा, ते किसे का भी भेदभाव नहीं करना आपां जात पात का। इस तहत अज असी लाडी सेवा ग्रुप गुरदासपुर को पहुंचे हाँ। आओ इन्हां नाल विचार करते हैं किहड़ियां किहड़ियां इन्हां दीआं सेवावां चलन दीआं ने ते किन्नी देर हो गई है इन्हां नूं सेवावां करदे हां। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਮੇਰਾ ਨਾਮ ਜਤਿੰਦਰ ਸਿੰਘ, ਲਾਡੀ ਗਰੁੱਪ ਸੇਵਾ ਸੁਸਾਇਟੀ ਰਜਿਸਟਰਡ ਆਲ ਪੰਜਾਬ ਤੋਂ। ਅਸੀਂ ਗੁਰਦਾਸਪੁਰ ਤੋਂ ਹਾਂ, ਜ਼ਿਲ੍ਹਾ ਗੁਰਦਾਸਪੁਰ, ਡੇਰਾ ਬਾਬਾ ਨਾਨਕ ਦੇ ਏਰੀਏ 'ਚ ਸਾਡਾ ਪਿੰਡ ਆ ਜੀ, ਇੱਕ ਛੋਟਾ ਜਿਹਾ ਕਰਨਸੀ ਕੇ ਤੱਲਾ। ਅਸੀਂ ਘੱਟੋ ਘੱਟ 2.5-3 ਸਾਲ ਤੋਂ ਜਿਹੜੀਆਂ ਸੇਵਾਵਾਂ ਸਾਡੀਆਂ ਚੱਲ ਰਹੀਆਂ ਨੇ, ਜਿਹੜੀਆਂ ਕਿ ਲੋੜਵੰਦ ਬੱਚੀਆਂ ਦੇ ਵਿਆਹ ਕਰਨੇ, ਲੋੜਵੰਦ ਪਰਿਵਾਰ ਜਿਨ੍ਹਾਂ ਨੂੰ ਹਰ ਮਹੀਨੇ ਰਾਸ਼ਨ ਦੇਣਾ, ਜਿਹੜੇ ਕਈ ਲੋੜਵੰਦ ਜਿਹੜੇ ਬਿਨਾਂ ਛੱਤ ਤੋਂ ਬੈਠੇ ਆ, ਉਹਨਾਂ ਨੂੰ ਘਰ ਬਣਾ ਕੇ ਦੇਣਾ, ਇਹ ਸਾਡੀਆਂ ਸੇਵਾਵਾਂ ਚੱਲਦੀਆਂ ਰਹੀਆਂ। ਕੋਈ ਲੋੜਵੰਦ ਜਿਹੜਾ ਜ਼ਿਆਦਾ ਮੈਡੀਸਨ ਤੋਂ ਬੈਠਾ ਆ, ਉਹਨੂੰ ਮੈਡੀਸਨ ਪ੍ਰੋਵਾਈਡ ਕਰਨੀ। ਅੱਛਾ ਵੀਰੇ ਜੀ, ਉਹ ਜਿਹੜਾ ਆਪ ਜੀ ਨੇ ਇਹ ਮੋਦੀਖਾਨਾ ਖੋਲ੍ਹਿਆ, ਕਿਹੜੇ ਅੱਡੇ 'ਤੇ ਆ ਅਤੇ ਕਿਉਂ ਲੋੜ ਪਈ ਆਪਾਂ ਨੂੰ ਇਹ ਮੋਦੀਖਾਨਾ ਖੋਲ੍ਹਿਆ ਜੀ? ਇਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮੋਦੀਖਾਨਾ ਕਰਿਆਨੇ ਦਾ ਅਸੀਂ ਖੋਲ੍ਹਿਆ ਆ, ਜਿੱਥੇ ਕਿ ਡੇਢ ਦੁਆਰ ਅੱਡਾ ਪੈਂਦਾ ਕਲਾਨੌਰ ਤੋਂ 5 ਕਿਲੋਮੀਟਰ ਕੋਟਲੀ ਦੇ ਰਸਤੇ 'ਚ ਹੀ ਆ, ਸਕੂਲ ਦੀ ਗਰਾਊਂਡ ਦੇ ਬਿਲਕੁਲ ਸਾਹਮਣੇ ਆ। ਇਹ ਸਾਨੂੰ ਲੋੜ ਤਾਂ ਪਈ ਕਿਉਂਕਿ ਤੁਹਾਨੂੰ ਪਤਾ ਕਿ ਕਰੋਨਾ ਦੇ ਕਰਕੇ ਜਿਹੜਾ ਕਿ ਹੱਦ ਤੋਂ ਜ਼ਿਆਦਾ ਜਿਹੜੇ ਲੋਕ ਡਰੇ ਹੋਏ ਸੀਗੇ, ਜਿਨ੍ਹਾਂ ਨੇ ਕਈ ਦੁਕਾਨਾਂ ਵਾਲਿਆਂ ਨੇ ਬਹੁਤ ਲੁੱਟ ਮਚਾਈ ਹੋਈ ਸੀ। ਅਸੀਂ ਲੋਕਡਾਊਨ ਦੇ ਵਿੱਚ ਅਪ੍ਰੈਲ 'ਚ ਜਦੋਂ ਮਾਰਚ ਅਪ੍ਰੈਲ ਦੇ ਵਿੱਚ ਬਹੁਤ ਰਾਸ਼ਨ ਵੰਡਿਆ ਲੋੜਵੰਦ ਪਰਿਵਾਰਾਂ ਨੂੰ, ਲੇਕਿਨ ਸਾਨੂੰ ਕਿਸੇ ਨੇ ਲੈਸ ਨਹੀਂ ਕੀਤਾ। 1-2 ਰੁਪਈਏ ਵਧਾ ਕੇ ਲਾਏ, ਘਟਾ ਕੇ ਨਹੀਂ ਲਾਏ, ਜਿਹਦੇ ਕਰਕੇ ਅਸੀਂ ਸੋਚਿਆ ਕਿ ਜੇ ਇੰਨਾ ਜ਼ਿਆਦਾ ਰੇਟ ਪਿੱਛੋਂ ਆ ਨਹੀਂ ਰਿਹਾ ਜਿੰਨਾ ਇਹ ਦੇ ਰਹੇ ਆ, ਅਤੇ ਆਪਾਂ ਵੀ ਜਿਹੜੇ ਏ ਸੀ ਏਰੀਏ ਦੇ ਵਿੱਚ ਘੱਟੋ ਘੱਟ ਨਹੀਂ ਤਾਂ 80% ਲੋਕ ਮੀਡੀਅਮ ਕਲਾਸ ਵਿੱਚ, ਬਹੁਤ ਜ਼ਿਆਦਾ ਲੋਅ ਕਲਾਸ ਦੇ ਵਿੱਚ ਰਹਿ ਰਹੇ ਆ, ਜਿਹੜੇ ਸਵੇਰੇ ਖਾਂਦੇ ਆ ਅਤੇ ਕਮਾਉਂਦੇ ਆ ਅਤੇ ਸ਼ਾਮ ਨੂੰ ਖਾਂਦੇ ਆ, ਉਹਨਾਂ ਵਾਸਤੇ ਅਸੀਂ ਇਹ ਮੋਦੀ ਖਾਣਾ ਬਣਾਉਂਦੇ ਹਾਂ। ਸੰਗਤ ਜੀ, ਇੱਕ ਗੁਰੂ ਨਾਨਕ ਨਾਮ ਲੈਵਾ ਜਿਹੜਾ ਸ਼ਰਧਾਲੂ ਹੁੰਦਾ ਵਾ, ਸੇਵਕ ਹੁੰਦਾ ਵਾ, ਉਹ ਹੀ ਅਜਿਹੀ ਸੋਚ ਰੱਖ ਸਕਦਾ ਵਾ। ਕਿਤੇ ਵੀ ਮਾਰ ਪੈਂਦੀ ਆ, ਹੜ੍ਹ ਆ ਜਾਂਦੇ ਨੇ, ਭੂਚਾਲ ਆ ਜਾਂਦੇ ਨੇ, ਅਤੇ ਦੂਸਰੇ ਦੁਕਾਨਦਾਰ ਕੀ ਕਹਿੰਦੇ ਨੇ, ਪਾਣੀ ਦੇ ਰੇਟ ਵੀ ਵਧਾ ਦਿੰਦੇ ਨੇ, ਖਾਣ ਪੀਣ ਦੀਆਂ ਵਸਤੂਆਂ ਜਿਹੜੀਆਂ ਉਹ ਮਹਿੰਗੀਆਂ ਕਰ ਦਿੰਦੇ ਨੇ। ਇੱਕ ਗੁਰੂ ਦਾ ਸਿੱਖ ਹੀ ਅਜਿਹਾ ਹੁੰਦਾ ਵਾ